ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਸਾਰੇ ਠੀਕ ਠਾਕ ਹੋ? ਤੁਸੀਂ ਸਾਡੇ ਚੈਨਲ ਤਾਂ ਖੁਸ਼ਾਮਦੀਦ ਹੈ ਅਤੇ ਅੱਜ ਨਵੇਂ ਵਲੋਗ ਨਾਲ ਹਾਜ਼ਰ ਹੋਏ ਹਾਂ। ਅਤੇ ਦੋਸਤੋ, ਅੱਜ ਜਿਹੜਾ ਵੈ ਤੁਸੀਂ ਦੱਸਿਆ ਸੀ ਕਮਰਾ, ਅੱਜ ਬਨਵਾਸਾਂ ਦੋਸਤਾਂ ਕੰਮ ਸ਼ੁਰੂ ਹੋਏ ਅਤੇ ਛੱਤਾਂ ਬਰਸਾਏ ਹਾਂ। ਮਿਸਤਰੀ ਇਸਤਰੀ ਲਗੇ ਹਨ ਅਤੇ ਬਾਕੀ ਜਿਹੜਾ ਵੈ ਕੁੱਕੜਾਂ ਕੀ ਵੀ ਅਸੀਂ ਦਾਣੇ ਛਾਣੇ ਹਨ, ਉੱਪਰ ਛਿੱਕ ਬਾਏ ਹਨ ਅਤੇ ਖਤਮ ਸ਼ਤਮ ਆਖੀ ਦੇ ਸਮੇਂ ਜਿਹੜਾ ਅਤੇ ਬਾਕੀ ਜਿਹੜਾ ਵੈ ਕਣੇ ਛਣੇ ਰੱਖੀ ਉੜੇ ਹਨ ਅਤੇ ਮਿਸਤਰੀ ਲਗੇ ਹਨ। ਗਰਮੀ ਕਾਫੀ ਹੈ, ਸਾਨੂੰ ਕੁੱਕੜ ਨੂੰ ਅੱਛੀ ਕੱਢੇ ਹਨ ਤੱਕੋ। ਅਤੇ ਦੋਸਤੋ, ਗਰਮੀ ਨਾਲ ਕਾਫੀ ਚੂਚੇ ਸਾਡੇ ਮਰੀ ਵੀ ਗਏ ਹਨ, ਜਿਸ ਦੇ ਵਿੱਚ ਸਨੇਹ ਥੋੜ੍ਹੀ ਰਹਿ ਗਏ ਨੇ ਤੱਕੋ, ਚਾਰ ਹੀ ਚੂਚੇ ਸਨੇਹ ਰਹਿ ਗਏ ਅਤੇ ਦੀ ਨੇ ਪੂਰੇ ਸਨੇਹ ਨਹੀਂ ਕੋਈ ਮਰਿਆ ਅਤੇ ਜੁਲੇ ਆ ਬੁਣ ਤੁਸੀਂ ਦੱਸਣੇ ਆ ਬਾਕੀ ਜਿਹੜਾ ਕੰਮ ਸ਼ੰਮ ਲਗੇ ਹਨ। ਅਤੇ ਤੁਸੀਂ ਕੀ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਵੀ ਸਾਡੇ ਜਿਹੜੇ ਵਲਾਗ ਹੈ ਉਹ ਡੇਲੀ ਨਹੀਂ ਅੱਛਿਆ ਕਰਨ ਲਈ ਅਤੇ ਬਾਕੀ ਜਿਹੜਾ ਵੀ ਜੁਲੇ ਆ ਬੁਣ ਸਾਨੂੰ ਦੱਸਣੇ ਆ ਮਿਸਤਰੀ ਜਿਹੜੇ ਲਗੇ। ਦੋਸਤੋ, ਇਹ ਜਿਹੜਾ ਅਸਾਂ ਮੁਰਗਾ ਆਉਂਦਾ ਸੀ ਇਸ ਤਰ੍ਹਾਂ ਵੀ ਅਸਾਂ ਇਲਾਜ ਹੁਣ ਕਰਨੇ ਆ ਪਏ, ਕਿਉਂਕਿ ਕਾਫੀ ਕਮਜ਼ੋਰ ਹੀ ਮੁਰਗਾ ਹੋਇਆ ਸੀ, ਪਰ ਵੀ ਨਹੀਂ ਸੀ ਕੱਢਣਾ ਤਾਂ ਹੁਣ ਜਿਹੜਾ ਪਰ ਵੀ ਕੱਢਣਾ ਸ਼ੁਰੂ ਕੀਤੇ ਹਨ ਆਸਤਾ ਆਸਤਾ। ਬਾਕੀ ਜਿਹੜਾ ਹੈ ਹੁਣ ਠੀਕ ਹੈ, ਇੱਥੇ ਆਇਆ ਵੈ ਤਾਂ। ਬਾਕੀ ਹੈ ਦੋਸਤੋ, ਮਿਸਤਰੀ ਲਗੇ ਹਨ ਕੰਮ ਅਤੇ ਚਾਹ ਸ਼ਾਹ ਹੁਣ ਥੋੜ੍ਹੀ ਦੇਰ ਤੱਕ ਇਹਨਾਂ ਕੀ ਦੇਸਾਂ ਤਾਂ ਹਾਲੇ ਕੰਮ ਸ਼ੁਰੂ ਹੋਇਆ ਵੈ। ਅਤੇ ਦੋਸਤੋ, ਇਹ ਕੱਲ੍ਹ ਸਰੀਆ ਸਾਲਾ ਆ ਰਿਹਾ ਸੀ ਅਤੇ ਅਸਾਂ ਆਖਿਆ ਇਸ ਕਿ ਅੰਦਰ ਹੀ ਲਵਾਉਣੇ ਆ ਅਤੇ ਇਸ ਕਿ ਅੰਦਰ ਲਵਾਇਆ ਤਾਂ ਕੁੱਕੜ ਸ਼ੁੱਕੜ ਡੱਕੇ ਹਨ ਕੋਲ ਸ਼ਾਮੇ।
ਤੇ ਦੋਸਤੋ ਸਾਡਾ ਨਾਸ਼ਤਾ ਆ ਰਿਹਾ ਵੈ, ਮਿਲਕ ਸ਼ੇਕ ਤੇ ਪਾਲਕ ਚਨੇ ਦਹੀਂ ਨਾਸ਼ਤਾ। ਤਾਂ ਦੋਸਤੋ ਨਾਸ਼ਤਾ ਕਰਨੇ ਆ ਤੇ ਫਿਰ ਤੁਹਾਨੂੰ ਮਿਲਦੇ ਹਾਂ। ਮਿਸਤਰੀ ਜਾ ਦੇ ਲਗੇ ਹਨ ਤੇ ਅਸਾਂ ਨਾਸ਼ਤਾ ਕਰਨੇ ਆ। ਬਾਕੀ ਜਿਹੜਾ ਵੇ ਫਿਰ ਮਿਸਤਰੀਆਂ ਕੀ ਵਿਚਾਰ ਦੇ ਸਾਂ। ਦੋਸਤੋ ਨਾਸ਼ਤਾ ਕਰੀ ਕਿੱਦਾਂ ਵੈ ਤਾਂ ਹੁਣ ਜੁਲਿਆਂ ਦੁੱਧ ਜਾਣਨਾ ਵੈ ਇੱਥੋਂ ਗ੍ਰਾਂ ਤੋਂ ਅਗਲੇ ਤੇ ਮਿਸਤਰੀਆਂ ਤੀ ਕਿੰਨੀਆਂ ਆਉਣੀਆਂ ਚਾਹ ਬਣਾ ਸਨ ਫਿਰ ਤੇ ਜੁਲਿਆਂ ਉੱਥੇ। ਬਾਕੀ ਜਿਹੜਾ ਨਾਸ਼ਤਾ ਕਰੀ ਕਿੱਦਾਂ ਅਸਾਂ ਰਾਹ ਵਿੱਚ ਸਾਨੂੰ ਮੋਟਰਸਾਈਕਲ ਜਾਣੇ ਆ ਵੀ। ਤੇ ਦੋਸਤੋ ਮਿਸਤਰੀ ਚਲੇ ਗਏ ਸਨ ਤੇ ਦੀਵਾਰ ਛਰ ਛਾੜੀ ਹੈ ਤੇ ਬਾਕੀ ਜਿਹੜਾ ਵੈ ਅਸਾਂ ਮੁੜੀ ਆਏ ਸਨ। ਚਾਹ ਛਾ ਕਿੰਨੀ ਆ ਨੀ ਚੜੀ ਆ ਕੰਧ ਤਾਂ ਕੀ ਸਕਣੀ ਹੋ। ਬਾਕੀ ਕੱਲ੍ਹ ਸ਼ੁਰੂ ਹੋ ਸੀ ਕੰਮ ਤੇ ਬਾਕੀ ਜਿਹੜਾ ਵੈ ਕੁੱਕੜ ਸ਼ੁੱਕੜ ਨੂੰ ਰੱਖਣੇ ਆ। ਤਾਂ ਉਮੀਦ ਹੈ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਸੀ। ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਦੇ ਬਟਨ ਦੀ ਦਬਾਈ ਕਰੋ। ਅੱਲਾ ਹਾਫਿਜ਼।